ਅੱਜ ਮੌਸਮ ਬਹੁਤ ਵਧੀਆ ਹੋਇਆ ਪਿਆ ਵਾ ਤੇ ਜਿਵੇਂ ਤੁਸੀਂ ਦੇਖਿਆ ਕਿ ਸਾਰੇ ਜਣੇ ਕ੍ਰਿਕਟ ਖੇਡ ਰਹੇ ਆ ਬਟ ਮੈਨੂੰ ਜ਼ਿਆਦਾ ਕੋਈ ਕ੍ਰਿਕਟ ਦਾ ਸ਼ੌਂਕ ਨਹੀਂ ਹੈ ਸੋ ਅੱਜ ਛੁੱਟੀ ਵੀ ਆ ਸੋ ਟਰਾਈ ਕਰਦੇ ਹਾਂ ਅੱਜ ਦਾ ਜਿਹੜਾ ਦਿਨ ਆ ਪ੍ਰੋਡਕਟਿਵ ਬਣਾਉਣ ਦੀ ਅਤੇ ਕਰਦੇ ਹਾਂ ਅੱਜ ਦੀ ਵੀਡੀਓ ਸਟਾਰਟ विनेगर या फिर कुछ नाल मिला के दी कंसिस्टेंसी थोड़ी वधिया कीती हुंदी है सो बहुत वधिया चीज़ खाने वाली सो अज आपां मैनू सवेर दी मैं कोई कॉफी नहीं पीती तू पीती है खाना खादा खाई रहा वहाँ के ते मैं सोच रहा सीगा कि आपां क्यों ना जिहड़ी टिम हॉर्टन्स की नवी आई है कोल्ड ब्रू टेस्ट करिए मैं नहीं करूंगा तू करेगा मैं क्यों करूंगा तू नहीं क्योंकि ओदे विच वनीला क्रीम आ सो मैनू तैनू पता मैनू वनीला क्रीम वधिया नहीं लगदी मैं की करां फिर ते तू करेगा तू दसेगा तेरा निरपक्ष रिव्यू सो तैनू आपां जूरी बनावांगे ओके चलो खादा टेस्ट नहीं वधिया लगे उन्हें गाजर दा small dark roast black yep okay ready जी पहला कॉफ़ी लैके गया सी वो बहुत ज़्यादा पुरानी सी मैं इधर टेस्ट हो रही तो हम मैं नवी लैन आया वहाँ लैट सी नवी कहने ब्रो करन दी फ्रैश वन मीडियम वन स्मॉल डार्क रोस्ट बट फ्रैश कर दो कम हूँ मैं लैके गया सी वो क्रैप सी जो बट फ्रैश हो गए मतलब डार्क स्मॉल हाँ जी नहीं तुम ले लो पहले ले लो इट्स ओके मैं क्या वा फ्रैश बना लो बट वो कहते कि असं पैसे नहीं लेने है तुम नवी बना के देवे मैं क्या कि पैसे ले लो बट ही सेड नो आई सेड ओके सो हम नवी बना के दे रहे हैं पता नहीं की कर रहे भाई इन्नी लागे फोन करके 10 मिनट हो गए वेट करते हैं अभी तक कुछ नहीं बने चल की करा दो ही एम्पलॉइज ने पूरे स्टोर दे विच जिहड़े काम कर रहे हैं
ਤੇ ਔਖਾ ਹੋਇਆ ਫਿਰ ਡਰਾਈਵ ਥਰੂ ਵੀ ਸਾਂਭ ਰਹੇ ਆ ਅਤੇ ਫਰੰਟ 'ਤੇ ਵੀ ਲੈ ਰਹੇ ਆ ਔਡਰਸ ਸੋ ਇਟਸ ਆਲ ਰਾਈਟ ਥੈਂਕ ਯੂ ਨੋ ਇਟਸ ਓਕੇ ਆਲ ਰਾਈਟ ਫਾਈਨਲੀ ਆਫਟਰ 10 ਮਿੰਟਸ ਕੱਪ ਆਫ ਕੌਫੀ ਆਈ ਹੋਪ ਇਹ ਵਧੀਆ ਹੋਵੇ ਫਾਈਨਲੀ ਮਸਾਂ ਹੀ ਆਇਆ ਵਾਕਈ ਇੱਕ ਕੌਫੀ ਦੇ ਲਈ ਇੰਨਾ ਹੀ ਤਿਆਰ ਕਰਨਾ ਪਿਆ ਮੈਂ ਆ ਵੀ ਡੀਕਣ ਡਿਆ ਬੈਠਾ ਹਾਂ ਚੱਲ ਜਲਦੀ ਦੱਸ ਕੇ ਹਾਊ ਇਜ਼ ਇਟ ਤੂੰ ਮਿਕਸ ਕਰ ਲੈ ਨਾ ਪੂਰੀ ਸ਼ਕਲ ਤਾਂ ਬਹੁਤ ਵਧੀਆ ਲੱਗ ਰਹੀ ਹੈ ਇਹਦੀ ਉੱਤੋਂ ਤਾਂ ਸਿਰਫ ਵਨੀਲਾ ਦਾ ਟੇਸਟ ਆ ਰਿਹਾ ਜ਼ਿਆਦਾ ਵਿੱਚ ਥੋੜਾ ਜਿਹਾ ਕੌਫੀ ਦਾ ਮਿਕਸ ਕਰਕੇ ਦੇ ਜੀ ਨਹੀਂ ਕਰਦਾ ਮਿਕਸ ਕਰਨ ਸੋਹਣੇ ਲੱਗਦੇ ਪਏ ਨਾ ਬਲੈਕ ਕੌਫੀ ਵਿੱਚ ਥੋੜਾ ਜਿਹਾ ਮਿੱਠਾ ਐਂਡ ਵਨੀਲਾ ਵਨੀਲਾ ਦਾ ਟੇਸਟ ਵੀ ਇੰਨਾ ਜ਼ਿਆਦਾ ਨਹੀਂ ਆ ਰਿਹਾ ਮਿੱਠਾ ਵੀ ਇੰਨਾ ਜ਼ਿਆਦਾ ਨਹੀਂ ਬੈਲੈਂਸਡ ਆ ਬੈਲੈਂਸਡ ਆ ਠੀਕ ਹੈ ਦੇਖ ਹਾਂ ਲੈਟਸ ਸੀ ਓਕੇ ਲੈਟਸ ਟ੍ਰਾਈ ਬਿਲਕੁਲ ਲਾਈਟਲੀ ਮਿੱਠਾ ਐਂਡ ਵਧੀਆ ਵਾ ਲਾਈਕ ਅਗਰ ਜਿਵੇਂ ਮੈਨੂੰ ਵਨੀਲਾ ਬਿਲਕੁਲ ਵੀ ਪਸੰਦ ਨਹੀਂ ਅਤੇ ਨਾ ਮੈਨੂੰ ਕੋਈ ਮਿੱਠੀ ਕੌਫੀ ਵਧੀਆ ਲੱਗਦੀ ਆ ਬਟ ਵਨ ਟਾਈਮ ਟਰਾਈ ਇਜ਼ ਗੁੱਡ ਜਿੱਦਾਂ ਮੈਨੂੰ ਵਧੀਆ ਲੱਗੀ ਥੋੜ੍ਹੀ ਜਿਹੀ ਬਟ ਆਈ ਕਾਂਟ ਡਰਿੰਕ ਹੋਲ ਸੋ ਜਾਂ ਬਟ ਹਾਂ ਅਗਰ ਤੁਹਾਨੂੰ ਕੋਈ ਵਧੀਆ ਲੱਗਦੀ ਹੈ ਕੈਰਾਮਿਲ ਕੌਫੀ ਜਾਂ ਫਿਰ ਆਈਸ ਕੌਫੀ ਵਧੀਆ ਲੱਗਦੀ ਹੈ ਮਿੱਠੀ ਸੋ ਇਟਸ ਬੈਟਰ ਦੈਨ ਦੈਟ ਸੋ ਇਹ ਤੁਸੀਂ ਟਰਾਈ ਕਰ ਸਕਦੇ ਹੋ ਵਧੀਆ ਵਾ ਮੈਂ ਇਹਦੀ ਪਤਾ ਕਿਉਂ ਲਿੱਤੀ ਸੀਗੀ ਇਹ ਕਿਉਂਕਿ ਇਹ ਦੇਖਣ ਦੇ ਵਿੱਚ ਉੱਦਾਂ ਹੀ ਜਿੱਦਾਂ ਸਟਾਰਬਕਸ ਦੀ ਕੌਫੀ ਨਹੀਂ ਸੀਗੀ ਉੱਦਾਂ ਦੀ ਲੱਗ ਰਹੀ ਸੀਗੀ ਜਿਵੇਂ ਤੈਨੂੰ ਪਤਾ ਐਡਵਰਟਾਈਜ਼ਮੈਂਟ ਦੇ ਵਿੱਚ ਕਿੰਨੀ ਜ਼ਿਆਦਾ ਉਭਾਰ ਕੇ ਦਿਖਾਉਂਦੇ ਚੀਜ਼ਾਂ ਜਿਵੇਂ ਤੁਸੀਂ ਪਹਿਲਾਂ ਵਲੋਗ ਦੇਖਿਆ ਹੋਊਗਾ ਉਹਦੇ ਵਿੱਚ ਜਦੋਂ ਆਪਾਂ ਸਟਾਰਬਕਸ ਗਏ ਸੀਗੇ ਉਹ ਵਾਲੀ ਕੌਫੀ ਲੈਣ ਜਿਹੜੀ ਕਿ ਨਹੀਂ ਮਿਲੀ ਸੀਗੀ ਅਤੇ ਇਹ ਦੇਖਣ ਦੇ ਵਿੱਚ ਉੱਦਾਂ ਹੀ ਲੱਗੀ ਸੀਗੀ ਇੰਸਟਾਗ੍ਰਾਮ ਦੇ ਉੱਤੇ ਇਹਦੀ ਐਡ ਆਈ ਸੀਗੀ ਅਤੇ ਮੈਂ ਕਿਹਾ ਚੱਲ ਦੇਖਣ ਦੇ ਵਿੱਚ ਤਾਂ ਉਹਦੇ ਲੱਗਦਾ ਕੀ ਪਤਾ ਟੇਸਟ ਵੀ ਇੱਦਾਂ ਦਾ ਹੋਵੇ ਸੋ ਇਹ ਲਿੱਤੀ ਅੱਜ ਅਸੀਂ ਬਟ ਯਾ ਉੱਦਾਂ ਦੀ ਤਾਂ ਨਹੀਂ ਬਿਲਕੁਲ ਵੀ ਬਹੁਤ ਫਰਕ ਆ ਸਟਾਰਬਕਸ ਅਤੇ ਇਹਦੇ ਵਿੱਚ ਬਟ ਇਟਸ ਓਕੇ ਲਾਈਕ ਅ ਕੋਲਡ ਕੌਫੀ ਵਿਦ ਵਨੀਲਾ ਫਲੇਵਰ ਹੈ ਨਾ ਦੈਟਸ ਇਟ ਦੈਟਸ ਵੈਸੇ ਹੈ ਤਾਂ ਉਹੀ ਮੇਰੇ ਲਈ ਆਹ ਡਾਰਕ ਰੋਸਟ ਹੀ ਵਧੀਆ ਜਿਹੜੀ ਮੈਂ ਨਵੀਂ ਲੈ ਕੇ ਆਇਆ ਬੈਟਰ ਸੌ ਗੁਣਾ ਬੈਟਰ